ਸਤਿ ਸ਼੍ਰੀ ਅਕਾਲ ਜੀ। ਵੀਡੀਓ ਬਣਾਉਂਦੇ ਹਾਂ ਅੱਜ, ਬਣਾਉਂਦੇ ਪੰਜਾਬੀ 'ਚ, ਠੀਕ ਆ ਜੀ। ਅਤੇ ਪਤਾ ਤੁਹਾਨੂੰ ਹੈਗਾ ਹੀ ਆ ਜਿਹੜੀ ਗੱਲਬਾਤ ਹੈਗੀ ਆ, ਠੀਕ ਆ ਨਾ। ਮੈਨੂੰ 3 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਮੈਂ ਕਦੀ ਕਿਸੇ ਦੇ ਖਿਲਾਫ਼ ਨਹੀਂ ਬੋਲਿਆ। ਅਤੇ ਜੇ ਕੋਈ ਬੋਲਦਾ ਆ 19-21 ਇਗਨੋਰ ਕਰ ਦੀਦਾ, ਕਿਉਂਕਿ ਇੱਕ ਚਵਲ ਅਸਾਲਾ ਮੇਰਾ ਜਿਹੜਾ ਇਸ ਪਲੇਟਫਾਰਮ 'ਤੇ ਆ ਕੇ ਸਾਨੂੰ ਬਦਨਾਮ ਕਰਦਾ, ਠੀਕ ਹੈ ਨਾ। ਇਹ ਤਾਂ ਇਹਦੇ ਕੋਈ ਪਰੂਫ ਆ ਅਤੇ ਇਹ ਸ਼ੋਅ ਕਰੇ, ਠੀਕ ਆ। ਅਤੇ ਮੈਂ ਨਹੀਂ ਇਸ ਲੈਵਲ ਤੱਕ ਸੋਚਦਾ ਹੁੰਦਾ ਕਿ ਆਪਾਂ ਕਿਸੇ ਨੂੰ ਬੜਾ ਚੰਗਾ ਬੋਲੀਏ, ਪਰ ਜਦੋਂ ਕੋਈ ਇੱਕ ਜਗ੍ਹਾ 'ਤੇ ਆ ਕੇ ਤੁਹਾਨੂੰ ਬਦਨਾਮ ਕਰਦਾ ਨਾ, ਅਤੇ ਫਿਰ ਉਹਦਾ ਆਂਸਰ ਦੇਣਾ ਬਣਦਾ। ਹੁਣ ਪਹਿਲੀ ਗੱਲ ਤਾਂ ਇੱਕੋ ਹੀ ਗੱਲ ਤੈਨੂੰ ਸਟਾਰਟਿੰਗ 'ਤੇ ਕਹਿ ਦਿੰਦਾ ਵੀ ਜੇ ਤੂੰ ਆਪਣੇ ਇੱਕ ਪਿਓ ਦੀ ਲਾਦ ਆ ਨਾ, ਇੱਕ ਪਿਓ ਦੀ ਲਾਦ ਆ, ਮੈਂ 20 ਤੱਕ ਇੱਥੇ ਹਾਂ, 20 ਤੋਂ ਬਾਅਦ ਮੈਂ ਇੰਡੀਆ ਜਾਣਾ, ਠੀਕ। ਜੇ ਤੂੰ ਆਪਣੇ ਸਕੇ ਪਿਓ ਦੀ ਲਾਦ ਆ ਨਾ, ਜਿਹੜਾ ਤੇਰਾ ਓਰੀਜਨਲ ਆ ਬਾਪ, ਠੀਕ, ਜਾਂ ਤਾਂ ਮੈਨੂੰ ਟਾਈਮ ਦੇ ਦੇ ਵੀ ਤੂੰ ਕਿੱਥੇ ਮਿਲਣਾ, ਠੀਕ। ਇਹ ਕੋਈ ਬਦਮਾਸ਼ੀ ਲੈਵਲ ਦੀ ਗੱਲ ਨਹੀਂ ਆ, ਠੀਕ, ਵੀ ਮੈਂ ਕੋਈ ਬਦਮਾਸ਼ ਹਾਂ ਜਾਂ ਮੈਂ ਨਹੀਂ, ਪਰ ਮੈਂ ਤੈਨੂੰ ਫਿਰ ਵੀ ਕਹਿੰਦਾ ਕਿ ਜਿੰਨਾ ਤੂੰ ਬਕਵਾਸਬਾਜ਼ੀ ਕਰਤੀ ਜਾਂ ਤੂੰ ਗਾਲਾਂ ਕੱਢ ਦਿੱਤੀਆਂ ਨਾ ਹੁਣ ਤੱਕ, ਜੇ ਤੂੰ ਆਪਣੇ ਸਕੇ ਪਿਓ ਦੀ ਲਾਦ ਆ ਨਾ, ਤਾਂ ਮੈਨੂੰ ਇੱਕ ਵਾਰ ਆਪਣੀ ਲੋਕੇਸ਼ਨ ਭੇਜ ਦੇ। ਜੇ ਤੂੰ ਨਹੀਂ ਆ ਸਕਦਾ ਤਾਂ ਸੈਚਰਡੇ ਸੰਡੇ ਤੇਰਾ ਪਿਓ ਵਿਹਲਾ ਹੀ ਹੁੰਦਾ, ਅਤੇ ਤੇਰੀ ਮੈਂ ਭੈਣ ਵਿਆਹੁਣ ਆ ਜਾਣਾ ਉੱਥੇ ਫਿਰ, ਠੀਕ ਆ। ਅਤੇ ਬੇਫਿਕਰ ਰਹੀ, ਅਤੇ ਜੇ ਤੂੰ ਨਾ ਵੀ ਸੱਦਦਾ ਅਤੇ ਜੇ ਮੈਨੂੰ ਤੂੰ ਘੋਤਾ ਮਿਲ ਗਿਆ ਨਾ, ਤਾਂ ਤੇਰਾ ਹਾਲਤ ਮੈਂ ਬਹੁਤ ਖਰਾਬ ਕਰੂੰ। ਇਹ ਤਾਂ ਹੋ ਗਈ ਤੇਰੀ ਪਹਿਲੀ ਗੱਲ। ਦੂਜੀ ਗੱਲ ਜਿਹੜੀ ਤੂੰ ਬਕਵਾਸਬਾਜ਼ੀ ਕੀਤੀ ਨਾ, ਤੇਰੀ ਮੈਂ ਔਕਾਤ ਹੁਣ ਫਿਰ ਦੁਬਾਰਾ ਖੋਲ੍ਹਦਾ ਤੇਰੇ ਕੱਚੇ ਚਿੱਠੇ, ਜਿਹੜਾ ਤੂੰ ਕਹਿੰਦਾ ਨਾ ਮੈਂ ਬਰੈਕਲਿਸਟ ਹਾਂ, ਮੈਂ ਫਲਾਨਾ ਆ, ਠੀਕ ਆ। ਮੈਂ ਤੇਰੀਆਂ ਹੁਣ ਭੇਤ ਖੋਲ੍ਹਦਾ ਤੇਰੇ, ਮੈਂ ਹੋਰ ਦਾਨ ਆ, ਤਸੱਲੀ ਨਾ, ਠੀਕ। ਨੰਬਰ 1, ਤੂੰ ਕਹਿੰਦਾ ਨਾ ਤੂੰ ਬਲੈਕਲਿਸਟ ਆ, ਤੇਰਾ ਪਿਓ ਦੁਬਈ ਜੇਲ੍ਹ ਕੱਟ ਕੇ ਆਇਆ, ਠੀਕ ਆ, 1.5 ਮਹੀਨਾ, ਜੇ ਕਮੇ ਤਾਂ ਤੈਨੂੰ ਉਹਦੇ ਰਿਕਾਰਡ ਵੀ ਦੇ ਦੂੰ, ਠੀਕ। ਤੇਰੇ ਵਰਗੀ ਇੱਕ ਚਵਲ ਬਾਲੀ ਭੁੜਕਦੀ ਸੀ, ਬਾਂਹ ਤੋੜਤੀ ਸੀ ਤੇਰੇ ਯਾਰ ਨੇ, ਅਤੇ ਉਹ ਜੇਲ੍ਹ ਕੱਟ ਕੇ ਮੈਂ ਫੇ ਛੁੱਟਿਆ ਸੀ ਉੱਥੋਂ, ਸਹੀ। ਅਤੇ ਲੱਗਦਾ ਵੀ ਤੇਰਾ ਕਾਂਡ ਵੀ ਇੱਥੇ ਇਹੀ ਕਰਨਾ ਪੈਣਾ, ਠੀਕ। ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਮੈਂ ਵਾਪਸ ਵੀ ਚੱਲ ਜੂੰ, ਤੈਨੂੰ ਬਹੁਤ ਫਰਕ ਪੈਣਾ, ਠੀਕ ਆ। ਦੂਜੀ ਗੱਲ, ਤੂੰ ਮੈਨੂੰ ਇਹ ਕਹਿਣ ਡਿਆ ਆ ਵੀ ਇਹਨਾਂ ਨੇ ਬੰਦੇ ਇੱਦਾਂ ਸੱਦੇ ਉੱਦਾਂ ਸੱਦੇ। ਨੰਬਰ 1, ਪੁੱਤ ਤੂੰ ਬੜੇ ਹੱਥ ਪੈਰ ਮਾਰੇ, ਠੀਕ ਆ। ਤੂੰ ਬੰਦੇ 2 ਸੱਦੇ, ਹੁਣ ਜੇ ਇਹਦੀ ਗੱਲ ਆ, ਲਿਆ ਕੇ ਤੂੰ ਤੀਮੀ ਛੋਰਾ ਫਸਾ ਤੇ, ਠੀਕ। ਉਹਨਾਂ ਬੰਦਿਆਂ ਨੂੰ ਕਦੀ ਉਹ 1,000 ਰੁਪਈਆ ਦਿੰਦੇ ਸੀ, ਕਦੀ ਉਹਨਾਂ ਨੂੰ ਵਿਚਾਰਿਆਂ ਨੂੰ 1,500 ਦਿੰਦੇ ਸੀ, ਕਦੀ ਉਹਨਾਂ ਨੂੰ ਰੋਟੀ ਦੇ ਦਿੰਦੇ ਸੀ, ਕਦੀ ਨਹੀਂ ਦਿੰਦੇ ਸੀ। ਉਸ ਤੋਂ ਬਾਅਦ ਉਹ ਮਾਲਕ ਨੇ ਉਹਨਾਂ ਨੂੰ 3-4 ਮਹੀਨੇ ਬੁਰਾ ਹਾਲ ਕੀਤਾ, ਠੀਕ। ਜੇ ਕਹੇ ਤਾਂ ਪੁੱਤ ਲਾਈਵ 'ਤੇ ਵੀ ਲਿਆਉਂ, ਸਹੀ। ਉਸ ਤੋਂ ਬਾਅਦ ਉਹਨੇ ਕੱਢ ਦਿੱਤੇ ਉਹ ਵਿਚਾਰੇ, ਜਿਹਦੇ ਬੰਦੇ ਸੀ, ਜਿਹਦੇ ਰਿਸ਼ਤੇਦਾਰ ਸੀ, ਉਹਨਾਂ ਨੂੰ ਤੂੰ ਕਹਿਣ ਡਿਆ ਸੀ ਡੌਂਕੀ ਲਵਾ ਦਿਉ, ਹੈ ਵੀ ਡੌਂਕੀ ਲਵਾ ਦਿੰਦੇ ਹਾਂ, ਕੰਮ ਤੂੰ ਸਾਰੇ ਆਪ ਮਾੜੇ ਚੰਗੇ ਕਰਨ ਡਿਆ, ਬਦਨਾਮ ਤੂੰ ਸਾਨੂੰ ਕਰਦਾ, ਠੀਕ। ਤੂੰ ਸਾਲਿਆ ਮੇਰਿਆ, ਜੇ ਤੂੰ ਕਹਿੰਦਾ ਸੀ ਉਹਨਾਂ ਨੂੰ ਡੌਂਕੀ ਲਵਾ ਦਿਉ। ਉਸ ਤੋਂ ਬਾਅਦ 2 ਮਹੀਨੇ ਉਹਦੇ ਰਿਸ਼ਤੇਦਾਰ ਨੇ ਸਾਂਭੇ, ਠੀਕ। ਪੈਸੇ ਜਿਹੜੇ ਤੂੰ ਲਏ ਉਹਨਾਂ ਕੋਲ ਵੱਖਰੇ, ਠੀਕ ਆ। ਉਸ ਤੋਂ ਬਾਅਦ ਉਹ ਵਿਚਾਰਿਆਂ ਨੇ ਪਤਾ ਨਹੀਂ ਕਿੱਥੇ ਤਰਲੇ ਕਰ ਕਰਕੇ ਦੂਜੀ ਕੰਪਨੀ 'ਚ ਉਹਨਾਂ ਨੂੰ ਸੈੱਟ ਕੀਤਾ, ਸੈੱਟ ਕਰਕੇ ਅਤੇ ਉਹਨਾਂ ਦੇ ਵਿਚਾਰਿਆਂ ਦੇ ਪੇਪਰ ਬਣਾਏ। ਮੈਂ ਨਾਂ ਨਹੀਂ ਲੈਣੇ ਉਹਨਾਂ ਦੇ, ਪਤਾ ਤੈਨੂੰ ਆ ਤੇਰੀ ਔਕਾਤ ਦਾ, ਠੀਕ ਆ। ਦੂਜੀ ਗੱਲ, ਪੁੱਤ ਤੂੰ ਬਦਮਾਸ਼ ਬਣਿਆ ਫਿਰਦਾ, ਸਾਰਾ ਸਾਲ ਤੂੰ ਗਟਰ ਸਾਫ਼ ਕੀਤੇ ਕੰਪਨੀ ਦੇ, ਠੀਕ ਆ। ਗੱਲ ਕੀ ਆ, ਤੈਨੂੰ ਪੈ ਗਈ ਆ ਭੌਂਕਣ ਦੀ ਆਦਤ। ਉੱਥੇ ਕੀ ਆ, ਕੰਪਨੀ ਦੇ ਵਿੱਚ ਸੀਗਾ ਅਰਬਨ ਪਲਾਜ਼ਾ 'ਚ, ਜੇ ਕੋਈ ਬੋਲਦਾ ਆ ਨਾ ਜਾਂ ਕੋਈ ਝਗੜਾ ਕਰਦਾ ਤਾਂ ਸਾਰੇ ਫੈਮਿਲੀ ਵਾਲੇ ਆ ਬੰਦਿਆਂ ਨੇ ਚੁੱਪ ਹੋ ਜਾਣਾ ਵੀ ਯਾਰ ਕੰਪਨੀ ਕੱਢ ਦੂਗੀ। ਇਹਨੂੰ ਪੈ ਗਿਆ ਸੀ ਮੂੰਹ, ਇਹਨੇ ਜਿਹਨੂੰ ਕਿਹਨੂੰ ਗਾਲ ਕੱਢ ਦੇਣੀ, ਠੀਕ ਆ। ਫਿਰ 2-3 ਨੇ ਇਹਦਾ ਮੱਕੂ ਠੱਪਿਆ ਅਤੇ ਫਿਰ ਇਹ ਟਿਕ ਗਿਆ, ਸਹੀ ਆ। ਅਤੇ ਪੁੱਤ ਮੈਂ ਅਰਬਨ ਪਲਾਜ਼ਾ 'ਚ ਨਹੀਂ ਰਹਿਣਾ, ਮੈਨੂੰ ਜਿੱਦਣ ਮਿਲ ਗਿਆ ਮੈਂ ਬਾਂਹ ਦੇ ਕੇ ਮੂੰਹ ਥਾਣੀ ਕੱਢ ਦੇਣੀ। ਇਹ ਵੀ ਗੱਲ ਮੈਂ ਤੈਨੂੰ ਸ਼ਰੇਆਮ ਹੀ ਕਹਿੰਦਾ ਸੋਸ਼ਲ ਪਲੇਟਫਾਰਮ 'ਤੇ। ਮੇਰਾ ਇਹ ਕਿਸੇ ਨੇ ਸ਼ਾਇਦ ਨਹੀਂ ਸੋਚਿਆ ਹੋਊਗਾ ਵੀ ਮੈਂ ਇੱਦਾਂ ਦਾ, ਪਰ ਮੈਂ ਤੈਨੂੰ ਇਹ ਦੱਸ ਦਿੰਦਾ ਵੀ ਜਿੱਦਣ ਮਿਲ ਗਿਆ ਮੂੰਹ ਦੇ ਥਾਣੀ ਕੱਢੂੰ ਤੇਰੇ ਬਾਂਹ, ਠੀਕ ਆ। ਗਟਰ ਤੂੰ ਸਾਫ਼ ਕਰਦਾ, ਠੀਕ ਆ। ਕੰਪਨੀ ਨੇ ਤੈਨੂੰ ਝੂਠ ਬੋਲ ਕੇ ਤੂੰ ਪੇਪਰ ਲਏ ਕੰਪਨੀ ਤੋਂ ਜੀ ਮੈਂ ਆਖੇ ਇੰਡੀਆ ਜਾਣਾ, ਫੈਮਿਲੀ ਇਹ ਵੋ, ਤੋ ਤਾਂ ਤੂੰ ਤੇਰਾ ਵੀਜ਼ਾ ਲਵਾ ਕੇ ਦਿੱਤਾ ਆਪਣੇ ਵੀਰੇ ਨੇ, ਹੈ ਉਹਨੂੰ ਵੀ ਤੂੰ ਮਾੜਾ ਚੰਗਾ ਪਿੱਠ ਪਿੱਛੇ ਕਹਿੰਦਾ। ਆ ਜਿਹੜਾ ਜਿਮੀ ਜਿਮੀ ਤੂੰ ਨਾਂ ਲੈਂਦਾ, ਹੈ
ਉਹ ਪਿੱਠ ਪਿੱਛੇ ਤੇਰੀ ਮਾਂ ਭੈਣ ਕਰੀ ਜਾਂਦਾ, ਤੂੰ ਉਹਦੀ ਕਰੀ ਜਾਂਦਾ। ਹੂੰ, ਸਹੀ ਆ, ਇਹੀ ਕੰਮ ਤੂੰ ਲੋਕਾਂ ਦਾ ਫੜਿਆ। ਉਸ ਤੋਂ ਬਾਅਦ ਕੰਪਨੀ ਨੇ ਤੈਨੂੰ ਹੁਣ ਚੱਕ ਕੇ ਫੱਟੀ ਪੋਚ ਕੇ ਬਾਹਰ ਸੁੱਟਿਆ, ਅਤੇ ਹੁਣ ਤੂੰ ਉੱਥੇ ਮੰਡੀ 'ਚ ਜਾ ਕੇ ਸਬਜ਼ੀਆਂ ਧੋਨਾ, ਹੈ ਇੱਕ ਕਾਊਂਟਰ ਜਿਹਾ 'ਤੇ ਦਿਹਾੜੀ ਲਾਉਣ ਜਾਂਦਾ, ਬਣਿਆ ਤੂੰ ਬਦਮਾਸ਼ ਫਿਰਦਾ। ਮੈਨੂੰ ਇਹ ਨਹੀਂ ਸਮਝ ਆਉਂਦੀ, ਕਹਿੰਦਾ ਮੈਂ ਬਦਮਾਸ਼ ਆ, ਮੈਂ ਬਲੈਕ ਲਿਸਟ ਆ ਇੰਨੀਆਂ ਕੰਟਰੀਆਂ 'ਚੋਂ, ਅਤੇ ਸਬਜ਼ੀਆਂ ਤੂੰ ਧੋਂਦਾ ਫਿਰਦਾ ਹੈ, ਤੇਰਾ ਪਿੰਡ ਕਿਹੜਾ, ਮੈਨੂੰ ਤੇਰੀ ਔਕਾਤ ਦਾ ਪਤਾ, ਅੱਗੇ ਪਿੱਛੋਂ ਤੇਰੀ ਕੀ ਤੇਰੀ ਨਸਲ ਆ ਅਤੇ ਕੀ ਤੇਰੀ ਬਰਾਦਰੀ ਆ, ਹੈ ਤੂੰ ਮੈਨੂੰ ਕੀ ਦੱਸਦਾ। ਸਹੀ ਆ ਨਾ, ਇਸ ਕਰਕੇ ਚੰਗਾ ਰਹੇਗਾ ਵੀ ਬੰਦਿਆਂ ਵਾਂਗੂ ਆਪਣਾ ਟਾਈਮ ਕੱਢ ਲਾ, ਛਿੱਤਰ ਤਾਂ ਤੇਰੇ ਪੈਣੇ ਹੀ ਆ, ਜਿੰਨੀ ਕੁ ਤੂੰ ਬਕਵਾਸ ਕਰ ਲਈ ਨਾ ਬਚਣਾ ਨਹੀਂ ਆ ਤੂੰ, ਇਹ ਭੁਲੇਖਾ ਕੱਢਦੀ ਹੁਣ ਤੂੰ। ਵੀ ਜਿੱਦਣ ਤੂੰ ਮੈਨੂੰ ਮਿਲ ਗਿਆ ਮੈਂ ਤੈਨੂੰ ਦੱਸਿਆ ਵੀ ਤੇਰੀ ਛਤੌੜ ਤੇਰਾ ਵਾਹ ਹੋਣਾ, ਪੁੱਤ ਜਿਹੜੇ ਤੂੰ ਦੋ ਨੰਬਰੀ ਕੰਮ ਲੋਕਾਂ ਨੂੰ ਕਹਿੰਦਾ ਸੀ ਕਰਨ ਨੂੰ, ਮੈਨੂੰ ਸਭ ਪਤਾ, ਤੇਰੀਆਂ ਸਾਰੀਆਂ ਰਿਕਾਰਡਿੰਗਾਂ ਪਈਆਂ, ਤੇਰੇ ਉਹ ਪ੍ਰੂਫ ਵੀ ਪਏ ਜਿਹੜੇ ਤੂੰ ਨਕਲੀ ਬਣਾ ਬਣਾ ਕੇ ਸ਼ੋਅ ਕਰਦਾ ਫਿਰਦਾ ਸੀ। ਜੇ ਮੈਂ ਚਾਹਾਂ ਨਾ ਤੈਨੂੰ ਇੱਕ ਮਿੰਟ 'ਚ ਇੱਥੋਂ ਕੰਟਰੀ ਆਊਟ ਕਰਾ ਸਕਦਾ। ਸਹੀ ਆ, ਜਿਹੜੇ ਤੂੰ ਡੁਪਲੀਕੇਟ ਪੇਪਰ ਬਣਾ ਬਣਾ ਕੇ ਨਾ, ਨਕਲੀ ਪੇਪਰ ਬਣਾ ਬਣਾ ਕੇ ਸ਼ੋਅ ਕਰਦਾ ਹੁੰਦਾ ਸੀ ਵੀ ਆਹ ਇੱਦਾਂ ਲਾ ਲੈਂਦੇ ਇੱਦਾਂ ਲਾਉਂਦੇ, ਜਦੋਂ ਤੈਨੂੰ ਪਤਾ ਲੱਗਿਆ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਕਹਿੰਦੇ ਪੈਸੇ ਸ਼ੋਅ ਕਰ, ਤਾਂ ਫਿਰ ਤੂੰ ਉਹ ਪੁੱਛਾਂ ਦੇ ਕੇ ਪਿੱਛੇ ਭੱਜਿਆ। ਸਹੀ ਆ ਨਾ, ਅਤੇ ਉਹ ਚੀਜ਼ਾਂ ਮੈਂ ਨਹੀਂ ਚਾਹੁੰਦਾ, ਠੀਕ ਆ, ਮੇਰਾ ਤੇਰੇ ਨਾਲ ਹੀ ਆ, ਤੇਰਾ ਜੀਜਾ ਜਿਹੜਾ ਬੈਠਾ ਨਾ ਇੱਥੇ, ਤੈਨੂੰ ਆਪਣੇ ਜੀਜੇ ਤੋਂ ਤਕਲੀਫ ਆ, ਅਤੇ ਜੇ ਤੈਨੂੰ ਜ਼ਿਆਦਾ ਤਕਲੀਫ ਆ, ਮੈਂ ਤੈਨੂੰ ਕਿਹਾ ਵੀ ਸੈਚਰਡੇ ਸੰਡੇ ਮੈਂ ਵਿਹਲਾ ਹੀ ਹਾਂ, ਮੈਂ ਨਹੀਂ ਤੈਨੂੰ ਕਹਿੰਦਾ ਤੂੰ ਇੱਥੇ ਆ ਜਾ, ਤੇਰਾ ਜੀਜਾ ਤੈਨੂੰ ਅੱਜ ਫੋਨ ਵੀ ਕਰੂਗਾ, ਅਤੇ ਜੇ ਤੂੰ ਹੈਗਾ ਨਾ ਆਪਣੇ ਪਿਓ ਦਾ ਅਸਲੀ ਦਾ, ਤਾਂ ਮੈਨੂੰ ਫੋਨ ਕਰ ਲਈ, ਮੇਰਾ ਫੋਨ ਚੱਕ ਵੀ ਲਈ ਅਤੇ ਮੈਨੂੰ ਲੋਕੇਸ਼ਨ ਦੇ ਦਈ ਇੱਕ ਵਾਰੀ, ਫਿਰ ਦੇਖ ਫਿਰ ਤੇਰਾ ਕੀ ਬਣਦਾ। ਸਹੀ ਆ ਨਾ। ਅੱਛਾ, ਦੂਜੀ ਗੱਲ ਇਹ ਕਿ ਤੂੰ ਕਹਿੰਦਾ ਮੈਂ ਲੋਕਾਂ ਦਾ ਜੀ ਬੜਾ ਹੈ ਸੱਚਾ, ਮੈਂ ਸੱਚ ਬੋਲਦਾ, ਮੈਂ ਇਹ ਚਵਲ ਬੰਦੇ ਨੇ, ਇਹ ਜਿਹੜਾ ਫਤਿਹ ਆ ਗੁਰਦੀਪ ਇਹਦਾ ਨਾਂ ਆ, ਹੈ ਅੱਛਾ, ਇਹਨੇ ਇੱਕ ਨੰਬਰ ਰੱਖਿਆ ਦੂਜੀ ਕੰਟਰੀ ਦਾ, ਪਤਾ ਨਹੀਂ ਉਹ ਕਿੱਥੇ ਦਾ, ਯੂਕੇ ਦਾ ਜਾਂ ਕਿੱਥੇ ਦਾ, ਉਹ ਮੇਰੇ ਕੋਲ ਉਹ ਬੰਦਿਆਂ ਦੇ ਵੀ ਫੋਨ ਆਏ ਜਿਹੜੇ ਕਹਿੰਦੇ ਭਾਅ ਜੀ ਸਾਨੂੰ ਕਹਿੰਦਾ 14 ਲੱਖ ਰੁਪਈਆ ਦੇ ਦਿਉ, ਠੀਕ ਆ, ਤੁਹਾਨੂੰ ਮੈਂ ਫਰਾਂਸ ਭੇਜ ਦਿੰਦਾ, ਤੁਹਾਨੂੰ ਮੈਂ ਫਲਾਨੀ ਜਗ੍ਹਾ ਭੇਜ ਦਿੰਦਾ 14 ਲੱਖ ਰੁਪਈਆ। ਅੱਛਾ, ਇਹ ਕੀ ਕਰਦਾ, ਆਪ ਨਹੀਂ ਗੱਲ ਕਰਦਾ, ਆ ਚੱਕ ਕੇ ਕਿਸੇ ਏਜੰਟ ਦਾ ਨੰਬਰ ਦਿੰਦਾ, ਹੁਸ਼ਿਆਰਪੁਰ ਦਾ ਉਹ ਏਜੰਟ ਆ, ਉਹ ਬੰਦਾ ਅੱਗੇ 14 ਲੱਖ ਮੰਗਦਾ, ਬੰਦਿਆਂ ਨੇ ਇਹਨੂੰ ਪੁੱਛਿਆ ਵੀ ਇਹ ਕੀ, ਅਤੇ ਇੱਦਾਂ ਦੀਆਂ ਇਹ ਸਟੋਰੀਆਂ ਬਣਾਉਂਦੇ ਆ, ਠੀਕ, 14 ਲੱਖ ਰੁਪਈਆ ਇਹਨੇ ਮੰਗਿਆ ਇੱਥੋਂ, ਤੁਹਾਨੂੰ ਮੈਂ ਦੱਸਿਆ ਉਹ ਜਿਹੜੇ ਬੰਦੇ ਸੱਦੇ ਉਹਨਾਂ ਨੂੰ ਕਹਿੰਦਾ ਮੈਂ ਡੌਂਕੀ ਲਵਾ ਦਿੰਦਾ, ਡੌਂਕੀਆਂ ਦੇ ਕੰਮ ਤੂੰ ਕਰੀ ਜਾਂਦਾ, ਡੁਪਲੀਕੇਟ ਪੇਪਰ ਤੂੰ ਬਣਾਈ ਜਾਂਦਾ, ਹੈਂ 14-14 ਲੱਖ ਰੁਪਈਏ ਤੂੰ ਮੰਗੀ ਜਾਂਦਾ ਲੋਕਾਂ ਕੋਲ, ਅਤੇ ਮੈਨੂੰ ਇਹ ਨਹੀਂ ਸਮਝ ਆਉਂਦੀ, ਇੱਕ ਪਾਸੇ ਤੂੰ ਗਟਰ ਸਾਫ਼ ਕਰੀ ਜਾਂਦਾ, ਦੂਜੇ ਪਾਸੇ ਤੂੰ ਸਬਜ਼ੀਆਂ ਧੋਈ ਜਾਂਦਾ, ਤੂੰ ਸਾਬਤ ਕੀ ਕਰਨਾ ਚਾਹੁੰਦਾ ਉਹ ਭਰਾ ਮੇਰੇ, ਠੀਕ ਆ ਨਾ, ਅਤੇ ਜੇ ਕਰੇਨਾ ਪਾਉਣ ਦੀ ਗੱਲ ਕਰਦੇ ਤਾਂ ਭਰਾ ਔਕਾਤ ਰੱਖ ਦੇ ਕਰੇਨਾ ਪਾਉਣ ਦੀ, ਤੇਰੀ ਔਕਾਤ ਹੈ ਨਹੀਂ, ਤੇਰੀ ਔਕਾਤ ਆ ਲੋਕਾਂ ਨੂੰ ਬਦਨਾਮ ਕਰਨ ਦੀ, ਤੇਰੇ 'ਚ ਹੈਗੀ ਜੈਲਸੀ ਵਾਲੀ ਪ੍ਰੋਬਲਮ, ਸਾਡੇ 'ਚੋਂ ਹੈ ਨਹੀਂ ਗੀ, ਤੂੰ ਹੈ ਜੇ ਕੋਈ ਰਾਈਸ ਕਰਦਾ ਜੇ ਕੋਈ ਤਰੱਕੀ ਕਰਦਾ, ਉਹ ਤੈਨੂੰ ਉਹ ਜੈਲਸੀ ਜਿਹੜੀ ਹੈ ਨਾ ਉਹ ਬਹੁਤ ਤੰਗ ਕਰਦੀ ਆ, ਠੀਕ ਆ, ਇਹੀ ਕੰਮ ਤੇਰਾ ਅਰਬਨ ਪਲਾਜ਼ਾ ਜੀ, ਠੀਕ ਆ, ਇਹੀ ਕੰਮ ਤੇਰਾ ਹੁਣ ਬਾਹਰ ਆ। ਅੱਛਾ, ਫਿਰ ਤੂੰ ਮੈਨੂੰ ਕਹਿੰਦਾ ਕਿ ਅਖੇ ਤੈਨੂੰ 1000-ਚ ਹੀ ਮੈਂ USA ਭੇਜ ਦੂੰ, ਉਹ ਤੇਰੀ ਔਕਾਤ, ਤੇਰੇ ਵੀ ਜੇ ਲੋਕਾਂ ਨੇ ਲਵਾਏ, ਹੈਂ ਆ ਤੇਰਾ ਹੁਣ ਤੂੰ ਫਿਰ ਪਾਇਆ ਵੀ ਮੈਂ ਚੱਲਾਂ ਫਰਾਂਸ, ਪੁੱਤ ਤੇਰਾ ਵੀਜ਼ਾ ਰਿਜੈਕਟ ਹੋ ਗਿਆ, ਤੈਨੂੰ ਕੰਪਨੀ ਨੇ ਕੱਢ ਮਾਰਿਆ, ਹੈਂ ਮੇਰੇ ਤੇ ਤਰਸ ਦਾ, ਉਹ ਤੇਰਾ ਆਪਣੇ ਕੋਈ ਸਟੈਂਡ ਨਹੀਂ, ਤੇਰੇ ਕੋਲ ਆਪਣਾ ਪੈਰ ਨਹੀਂ, ਠੀਕ ਆ, ਆਪਣੇ ਟਿਕਾਣੇ ਰਹਿ, ਟਿਕਿਆ ਰਹਿ, ਪਿਓ ਨਾ ਪੰਗੇ ਨਾਲ ਹੈ, ਮਹਿੰਗਾ ਪਊਗਾ ਐਵੇਂ ਛਿੱਤਰ ਖਾਏਗਾ ਮੈਥੋਂ, ਠੀਕ ਆ, ਮੈਂ ਸਾਹਮਣੇ ਕਹਿੰਦਾ ਛਿੱਤਰ ਖਾਏਗਾ ਮੈਥੋਂ, ਠੀਕ ਆ, ਅਤੇ ਜੇ ਤੈਨੂੰ ਕਿਤੇ ਟੱਕਰ ਗਿਆ ਨਾ ਇੱਥੇ ਬੁਕਾਰੈਸਟ 'ਚ, ਅਤੇ ਪੁੱਤ ਫਿਰ ਦੇਖ ਮੈਂ ਤੇਰਾ ਕੀ ਹਾਲ ਕਰਦਾ, ਠੀਕ ਆ ਨਾ, ਅਤੇ ਦੂਜੀ ਗੱਲ ਹੈ ਤੇਰੇ ਪਿਓ ਨੇ 1000 ਹੀ ਮੁੰਡਿਆਂ ਨੂੰ ਇੱਥੇ ਨੌਕਰੀ ਦਿੱਤੀ ਆ, ਅਤੇ ਪਤਾ ਨਹੀਂ ਕਿੰਨੇ ਜਾਣਿਆਂ ਨੂੰ ਸੱਦ ਕੇ ਕੰਮ 'ਤੇ ਲਾਇਆ, ਠੀਕ ਆ, ਅਤੇ ਜਿੰਨੇ ਤੂੰ ਲਏ ਨਾ ਉਹਨਾਂ ਬੰਦਿਆਂ ਕੋਲ ਪੈਸੇ, ਉਹਨਾਂ ਘੱਟ 'ਚ ਹੀ ਲਿਆਂਦੇ ਮੁੰਡੇ ਇੱਥੇ ਮੈਂ, ਅਤੇ ਜਿੰਨਿਆਂ ਨੂੰ ਜੋਬ 'ਤੇ ਹੁਣ ਤੱਕ ਲਾਇਆ ਨਾ ਜਿਹੜੇ, ਉਹਨਾਂ ਨੂੰ ਵੀ ਪੁੱਛ ਕੇ ਦੇਖ ਲਈ, ਠੀਕ ਆ, ਅਤੇ ਮੈਂ ਤੈਨੂੰ ਫਿਰ ਇੱਕ ਕਹਿੰਦਾ ਗੱਲ ਕਿ ਜੇ ਤੂੰ ਆਪਣੇ ਸਕੇ ਪਿਓ ਦੀ ਔਲਾਦ ਆ ਨਾ, ਤਾਂ ਆਪਣਾ ਜੀਜੇ ਨੂੰ ਮਿਲ ਲਾ, ਅਤੇ ਜਾਂ ਜਿੱਥੇ ਮਿਲ ਸਕਦਾ ਉੱਥੇ ਦਾ ਐਡਰੈਸ ਦੱਸ ਦੇ, ਤਾਂ ਫਿਰ ਦੇਖ ਤੇਰਾ ਜੀਜਾ ਤੇਰੇ ਨਾਲ ਕੀ ਕਰਦਾ, ਸਮਝਦਾ, ਅੱਗੇ ਤੋਂ ਬੋਲਣਾ ਹੋਊਗਾ ਨਾ ਸੋਚ ਸਮਝ ਕੇ ਬੋਲੀ, ਅਤੇ ਜਿਹੜਾ ਤੂੰ ਕਿਸੇ ਬਾਰੇ ਬੋਲਦਾ ਨਾ ਆਪਣੇ ਪਿਓ ਨਾਲ ਗੱਲ ਕਰ, ਠੀਕ ਆ, ਰਿਕਾਰਡਿੰਗਾਂ ਜਿੰਨੇ ਵੀ ਦਿੱਤੀਆਂ ਨਾ ਉਹਨਾਂ ਨੇ ਸੱਚੀਆਂ ਦਿੱਤੀਆਂ, ਠੀਕ, ਤੂੰ ਇਹ ਇਸੇ ਔਕਾਤ ਦਾ ਮਾਲਕ ਆ, ਠੀਕ ਆ, ਪੁੱਤ ਤੂੰ ਇੱਥੇ ਦੌੜਿਆ ਹੀ ਲੈ, ਤੂੰ
तेनू मैं दस्या भी तेरे सवेरे चक के प्रूफ शो कर दिए डुप्लीकेट जेने तू गलत काम कर दे रहा तेन सवेरे इतने चक के रिपोर्ट मार देना समझदा औकात च रह के गल करी दी हुंदी कोई किसी का किसी तो लैके खाता नहीं ठीक आ तू अपना काम ना मतलब रख सानू साडा काम कर दे ठीक आ ते जीजे तेरे ने तेनू मिलना जरूर आ इन्ना ख्याल जरूर रखी ये ना सोची कि तू हुण इन्नी बकवासबाजी की है तो तू बच जाएगा ठीक तो जे पुत इतों गया तो तेनू नाल ही लैके जाऊँ जेलों जूलों का सानू भी फर्क नहीं पैंदा ये भी भुलेखा कढ़ दी साला।